ਅੱਜ ਅਸੀਂ ਇੱਕ ਹੋਰ ਮਾਝੇ ਦੀ ਸੀਟ, ਬੜੀ ਮਹੱਤਵਪੂਰਨ ਸੀਟ ਆ ਲੋਕ ਸਭਾ ਅੰਮ੍ਰਿਤਸਰ, ਅੰਮ੍ਰਿਤਸਰ ਦੀ ਗੱਲ ਕਰਾਂਗੇ ਕਿ ਗੁਰੂ ਦੀ ਨਗਰੀ ਅੰਮ੍ਰਿਤਸਰ ਤੋਂ ਇਸ ਵਾਰ ਜਿਹੜੇ 9 ਵਿਧਾਨ ਸਭਾ ਹਲਕੇ ਪੈਂਦੇ ਨੇ ਅਤੇ ਫਿਰ ਜਾ ਕੇ ਇੱਕ ਲੋਕ ਸਭਾ ਹਲਕਾ ਬਣਦਾ, ਉਸ ਲੋਕ ਸਭਾ ਹਲਕੇ ਵਾਸਤੇ ਕਿਹੜੀ ਪਾਰਟੀ ਦਾ ਕਿਹੜਾ ਕਿਹੜਾ ਉਮੀਦਵਾਰ ਪਾਰਟੀ ਦੀ ਪਸੰਦ ਬਣਿਆ ਹੈਗਾ, ਕਿਉਂਕਿ ਅੰਮ੍ਰਿਤਸਰ ਬਹੁਤ ਮਹੱਤਵਪੂਰਨ ਸੀਟ ਆ, ਖਾਸ ਕਰਕੇ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਵਾਸਤੇ ਵੀ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਪਹਿਲੀ ਦਫ਼ਾ ਅੱਡ ਚੋਣ ਲੜ ਲਿਆ ਕਿਉਂਕਿ ਬੀਜੇਪੀ ਨਾਲ ਨਾਤਾ ਟੁੱਟ ਚੁੱਕਾ, ਆਪ ਕਾਂਗਰਸ ਬੀਜੇਪੀ ਅਤੇ ਸ਼੍ਰੋਮਣੀ ਅਕਾਲੀ ਦਲ ਚਾਰ ਟੀਮਾਂ ਚਾਰ ਖਿਡਾਰੀ ਚੋਣ ਮੈਦਾਨ 'ਚ, ਹੋ ਸਕਦਾ ਕਿ ਬਾਕੀ ਲੋਕ ਆਜ਼ਾਦ ਤੌਰ 'ਤੇ ਜਾਂ ਸਿਮਰਜੀਤ ਸਿੰਘ ਮਾਨ ਦਾ ਧੜਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੀ ਲੜੇ, ਲੇਕਿਨ ਚਾਰ ਜਿਹੜੀਆਂ ਮਹੱਤਵਪੂਰਨ ਅੰਮ੍ਰਿਤਸਰ ਤੋਂ ਪਾਰਟੀਆਂ ਨੇ, ਔਰ ਪਾਰਟੀ ਦੇ ਵਿੱਚ ਕਿਹੜਾ ਕਿਹੜਾ ਉਮੀਦਵਾਰ ਅੰਦਰੂਨੀ ਤੌਰ 'ਤੇ ਲੋਕਾਂ ਦੀ ਪਸੰਦ ਬਣਿਆ, ਜਾਂ ਜਿਹੜੀ ਪਾਰਟੀ ਦਾ ਕਿਹੜਾ ਉਮੀਦਵਾਰ ਜਿਹੜਾ ਵਾ ਸਰਵੇਖਣ ਦੇ ਵਿੱਚ ਉਹਦਾ ਨਾਮ ਬੋਲਦਾ। ਸਭ ਤੋਂ ਪਹਿਲਾਂ ਗੱਲ ਕਰਾਂਗੇ ਆਮ ਆਦਮੀ ਪਾਰਟੀ ਦੀ, ਕਿਉਂਕਿ ਇਸ ਵੇਲੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸੱਤਾ, ਅਤੇ ਸੱਤਾ ਦੇ ਨਾਲ ਲੋਕ ਜ਼ਿਆਦਾ ਜੁੜਦੇ ਨੇ, ਅਤੇ ਇਸ ਵਾਰ ਆਮ ਆਦਮੀ ਪਾਰਟੀ ਕਿਸ ਨੂੰ ਚੋਣ ਮੈਦਾਨ ਦੇ ਵਿੱਚ ਉਤਾਰੇਗੀ। ਹਾਲਾਂਕਿ ਪਿਛਲੀ ਜਿਹੜੀ ਇਲੈਕਸ਼ਨ ਆ 2019 ਦੀ ਗੱਲ ਕੀਤੀ ਜਾਵੇ, ਤਾਂ ਕੁਲਦੀਪ ਸਿੰਘ ਧਾਲੀਵਾਲ ਜਿਹੜੇ ਇਸ ਟਾਈਮ ਕੈਬਨਿਟ ਮੰਤਰੀ ਨੇ, ਉਹਨਾਂ ਨੇ ਚੋਣ ਲੜੀ ਸੀ ਅਤੇ ਹਾਰ ਗਏ ਸੀ, ਅਤੇ ਇਸ ਵਾਰ ਜਿਹੜਾ ਸਰਵੇਖਣ ਆਇਆ ਆਮ ਆਦਮੀ ਪਾਰਟੀ ਦੇ ਜਾਂ ਵੋਟਰਾਂ ਨੇ ਕੀਤਾ ਜਾਂ ਸ਼ਹਿਰ ਦੇ ਲੋਕਾਂ ਕੋਲੋਂ ਪੁੱਛਿਆ ਗਿਆ, ਉਹਨਾਂ ਵਿੱਚ ਭਗਵੰਤ ਸਿੰਘ ਕੰਵਲ ਜਿਹੜੇ ਨੇ ਆਮ ਆਦਮੀ ਪਾਰਟੀ ਦੇ ਅੰਮ੍ਰਿਤਸਰ ਯੂਥ ਵਿੰਗ ਦੇ ਪ੍ਰੈਜੀਡੈਂਟ ਨੇ, ਔਰ ਜਿਹੜੇ 2014 ਤੋਂ ਪਾਰਟੀ ਵਾਸਤੇ ਕੰਮ ਕਰਦੇ ਆ ਰਹੇ ਨੇ, ਜਿਨ੍ਹਾਂ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਅੰਮ੍ਰਿਤਸਰ ਈਸਟ ਤੋਂ ਜਿਹੜੇ MLA ਬਣੇ ਨੇ ਜੀਵਨਜੋਤ ਕੌਰ, ਉਹਨਾਂ ਵਾਸਤੇ ਵੀ ਕੰਪੇਨ ਦਾ ਕਰਤਾ ਧਰਤਾ ਸਨ। ਅੰਮ੍ਰਿਤਸਰ ਸਾਊਥ ਤੋਂ ਜਿਹੜੇ ਨੇ ਡਾਕਟਰ ਇੰਦਰਬੀਰ ਸਿੰਘ ਨਿੱਜਰ, ਉਹਨਾਂ ਦੀ ਵੀ ਕੰਪੇਨ ਦੇ ਕਰਤਾ ਧਰਤਾ ਮੰਨੇ ਜਾਂਦੇ ਨੇ, ਯੂਥ ਆਗੂ ਨੇ, ਅਤੇ ਖੁਦ ਅੰਮ੍ਰਿਤਸਰ ਸਾਊਥ ਤੋਂ ਹੀ ਸੰਬੰਧ ਰੱਖਦੇ ਨੇ ਭਗਵੰਤ ਸਿੰਘ ਕੰਵਲ। ਅਤੇ ਭਗਵੰਤ ਸਿੰਘ ਕੰਵਲ ਹੋਣਾ ਬਾਰੇ ਜਿਹੜਾ ਸਰਵੇਖਣ ਹੈ ਕਿ 56% ਜਿਹੜੇ ਲੋਕ ਨੇ ਉਹ ਚਾਹੁੰਦੇ ਨੇ ਕਿ ਯੂਥ ਆਗੂ ਭਗਵੰਤ ਸਿੰਘ ਕੰਵਲ ਨੂੰ ਟਿਕਟ ਦਿੱਤੀ ਜਾਵੇ, ਜਿਹੜੇ ਆਮ ਆਦਮੀ ਪਾਰਟੀ ਦੇ ਵਰਕਰ ਜਾਂ ਸਪੋਰਟਰ ਹੋਣਗੇ, ਜਿਹੜੇ ਵੀ ਲੋਕਾਂ ਨੇ ਇਸ ਸਰਵੇਖਣ ਦੇ ਵਿੱਚ ਹਿੱਸਾ ਲਿਆ। ਦੂਜੇ ਨੇ ਕਮਲਜੀਤ ਸਿੰਘ ਰਿੰਟੂ, ਜਿਹੜੇ ਨਗਰ ਨਿਗਮ ਦੇ ਮੇਅਰ ਰਹਿ ਚੁੱਕੇ ਨੇ, ਪਹਿਲਾਂ ਕਾਂਗਰਸ ਪਾਰਟੀ ਦੇ ਨਾਲ ਸੰਬੰਧ ਰੱਖਦੇ ਸੀ, ਫਿਰ ਉਹਨਾਂ ਨੇ ਪਲਟੀ ਮਾਰ ਲਈ ਕਾਂਗਰਸ ਪਾਰਟੀ ਨੂੰ ਛੱਡ ਕੇ ਅਤੇ ਹੱਥਾਂ ਦੇ ਵਿੱਚ ਝਾੜੂ ਫੜ ਲਿਆ, ਅਤੇ ਇਸ ਟਾਈਮ ਉਹ ਵੀ ਦੌੜ ਦੇ ਵਿੱਚ ਨੇ ਕਿ ਆਮ ਆਦਮੀ ਪਾਰਟੀ ਉਹਨਾਂ ਨੂੰ ਵੀ ਲੋਕ ਸਭਾ ਚੋਣਾਂ ਵਾਸਤੇ ਉਮੀਦਵਾਰ ਦਾ ਚਿਹਰਾ ਬਣਾ ਸਕਦੇ ਨੇ। ਅਗਰ ਅੰਮ੍ਰਿਤਸਰ ਦੇ ਲੋਕਾਂ ਦੀ ਗੱਲ ਕੀਤੀ ਜਾਵੇ ਜਾਂ ਪਾਰਟੀ ਦੇ ਨਾਲ ਜੁੜੇ ਲੋਕਾਂ ਦੀ ਗੱਲ ਕੀਤੀ ਜਾਵੇ, ਤਾਂ 19% ਲੋਕ ਚਾਹੁੰਦੇ ਨੇ ਕਿ ਕਰਮਜੀਤ ਸਿੰਘ ਰਿੰਟੂ ਨੂੰ ਉਮੀਦਵਾਰ ਬਣਾਇਆ ਜਾਵੇ, ਲੇਕਿਨ ਜਿੱਥੋਂ ਤੱਕ ਭਗਵੰਤ ਸਿੰਘ ਕੰਵਲ ਦਾ ਸਵਾਲ ਹੈ, ਯੂਥ ਆਗੂ, ਉਹਨੂੰ 56% ਆਮ ਆਦਮੀ ਪਾਰਟੀ ਦੇ ਵਰਕਰ ਚਾਹੁੰਦੇ ਨੇ। ਹਾਲਾਂਕਿ ਇਹਨਾਂ ਦੋਨਾਂ ਤੋਂ ਇਲਾਵਾ ਇਹ ਵੀ ਹੋ ਸਕਦਾ ਕਿ ਜਿਹੜੇ ਨੇ ਇੰਦਰਬੀਰ ਸਿੰਘ ਨਿੱਜਰ, ਉਹਨਾਂ ਨੂੰ ਵੀ ਚੋਣ ਮੈਦਾਨ ਵਿੱਚ ਉਤਾਰਿਆ ਜਾ ਸਕਦਾ, ਜਾਂ ਫਿਰ ਕੁਲਦੀਪ ਸਿੰਘ ਧਾਲੀਵਾਲ। ਇਹ ਵੈਸੇ ਤਾਂ ਆਮ ਆਦਮੀ ਪਾਰਟੀ ਨੇ ਫੈਸਲਾ ਲੈਣਾ ਕਿ ਅੰਮ੍ਰਿਤਸਰ ਤੋਂ ਧੜੱਲੇਦਾਰ ਜਾਂ ਵੱਡੇ ਕੱਦ ਵਾਲਾ ਲੀਡਰ ਕਿਹਨੂੰ ਉਤਾਰਿਆ ਜਾ ਸਕਦਾ ਗਾ, ਲੇਕਿਨ ਫਿਲਹਾਲ ਜਿਹੜੇ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ, ਵੋਟਰਾਂ ਵੱਲੋਂ ਜਿਹੜਾ ਸਰਵੇਖਣ ਆਇਆ ਉਹਦੇ 'ਚ ਦੱਸਿਆ ਜਾ ਰਿਹਾ ਕਿ ਭਗਵੰਤ ਸਿੰਘ ਕੰਵਲ ਜਿਹੜੇ ਉਹ ਅਤੇ ਕਰਮਜੀਤ ਸਿੰਘ ਰਿੰਟੂ, ਇਹਨਾਂ ਦੀ ਲੋਕਾਂ ਨੇ ਇਹਨਾਂ ਦੇ ਪ੍ਰਤੀ ਜ਼ਿਆਦਾ ਆਪਣੀ ਹਮਾਇਤ ਕੀਤੀ ਹੈ। ਹੁਣ ਗੱਲ ਕਰਦੇ ਨੇ ਸ਼੍ਰੋਮਣੀ ਅਕਾਲੀ ਦਲ ਦੀ। ਸ਼੍ਰੋਮਣੀ ਅਕਾਲੀ ਦਲ
ਜਿਹੜੀ ਆ ਉਹ ਬੀਜੇਪੀ ਨਾਲ ਅੱਡ ਹੋ ਚੁੱਕੀ ਇਸ ਵਾਰ ਪਹਿਲੀ ਵਾਰ ਲੋਕ ਸਭਾ ਚੋਣਾਂ ਅੱਡ ਹੋ ਕੇ ਲੜ ਰਹੀ ਆ ਅਤੇ ਉਹਦੇ ਵਾਸਤੇ ਜਿਹੜੀ ਅੰਮ੍ਰਿਤਸਰ ਤੋਂ ਕਿਉਂਕਿ ਪਹਿਲਾਂ ਹੀ ਸ਼੍ਰੋਮਣੀ ਅਕਾਲੀ ਦਲ ਨੇ ਅਨਿਲ ਜੋਸ਼ੀ ਨੂੰ ਥਾਪੜਾ ਦੇ ਦਿੱਤਾ ਗਾ, ਅਨਿਲ ਜੋਸ਼ੀ ਜਿਹੜੇ ਬੀਜੇਪੀ ਦੇ ਵਿੱਚ ਰਹਿ ਚੁੱਕੇ ਨੇ, ਹਾਲਾਂਕਿ ਉਹਨਾਂ ਦਾ ਪਿਛੋਕੜ ਤਰਨ ਤਾਰਨ ਤੋਂ ਸੰਬੰਧ ਰੱਖ ਲਏ, ਅੰਮ੍ਰਿਤਸਰ ਸੈਟਲ ਹੋ ਗਏ, ਦੋ ਵਾਰ ਅੰਮ੍ਰਿਤਸਰ ਤੋਂ ਦੋ ਵਾਰ MLA ਬਣੇ, ਬਾਅਦ ਸੂਬੇ ਦੇ ਕੈਬਨਿਟ ਮੰਤਰੀ ਵੀ ਰਹਿ ਚੁੱਕੇ ਨੇ, ਫਿਰ ਬੀਜੇਪੀ ਤੋਂ ਅੱਡ ਹੋ ਕੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਲ ਹੋ ਗਏ ਸੀ, ਪਿਛਲੀ ਇਲੈਕਸ਼ਨ ਲੜੀ ਸੀ 2022 ਦੇ ਲੇਕਿਨ ਹਾਰ ਗਏ ਨੇ, ਅਤੇ ਇਸ ਕਰਕੇ ਹੁਣ ਅੰਮ੍ਰਿਤਸਰ ਤੋਂ ਲੋਕ ਸਭਾ ਚੋਣ ਲੜ ਰਹੇ ਨੇ, ਕਿਉਂਕਿ ਖਾਸ ਕਰਕੇ ਜਿਹੜੇ ਅੰਮ੍ਰਿਤਸਰ ਦੀਆਂ 9 ਸੀਟਾਂ ਦੀ ਗੱਲ ਕੀਤੀ, ਜੋ 5 ਅਜਿਹੇ ਹਲਕੇ ਨੇ ਜਿੱਥੇ ਸ਼ਹਿਰੀ ਤਬਕਾ ਕਾਫੀ ਹੈ, ਜਿਹੜੇ ਬਾਕੀ 4 ਨੇ ਉਹ ਪੇਂਡੂ ਹਲਕੇ ਨੇ, ਇਸ ਕਰਕੇ ਅਨਿਲ ਜੋਸ਼ੀ ਦੀ ਜਿਹੜੇ ਇਹਨੂੰ ਲੈ ਕੇ ਜਿਹੜਾ ਅਕਾਲੀ ਦਲ ਦੇ ਨਾਲ ਜਿਹੜੇ ਜੁੜੇ ਲੋਕ ਨੇ ਉਹਨਾਂ ਦਾ ਮੰਨਣਾ ਹੈ ਕਿ 58% ਲੋਕਾਂ ਦਾ ਮੰਨਣਾ ਕਿ ਅਨਿਲ ਜੋਸ਼ੀ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਜਾਵੇ। ਹਾਲਾਂਕਿ ਬਿਕਰਮ ਸਿੰਘ ਮਜੀਠੀਆ ਦੀ ਕੋਈ ਇੱਛਾ ਨਹੀਂ, ਨਾ ਅੰਮ੍ਰਿਤਸਰ ਤੋਂ ਲੜਨਾ ਚਾਹੁੰਦੇ ਨੇ, ਨਾ ਉਹ ਖਡੂਰ ਸਾਹਿਬ ਤੋਂ ਲੜਨਾ ਚਾਹੁੰਦੇ, ਫਿਲਹਾਲ ਉਹਨਾਂ ਦਾ ਇਹ ਹੈ ਕਿ ਉਹ ਇਲੈਕਸ਼ਨ ਨਹੀਂ ਲੜਨਗੇ, ਲੇਕਿਨ ਜੇ ਪਾਰਟੀ ਨੇ ਆਰਡਰ ਕਰ ਦਿੱਤੇ ਤਾਂ ਲਾਜ਼ਮੀ ਤੌਰ 'ਤੇ ਬਿਕਰਮ ਸਿੰਘ ਮਜੀਠੀਆ ਨੂੰ ਚੋਣ ਲੜਨੀ ਪਏਗੀ। ਲੇਕਿਨ ਜਿਹੜਾ ਹੁਣ ਤੱਕ ਸਰਵੇਖਣ ਆਇਆ ਕਿ ਬਿਕਰਮ ਸਿੰਘ ਮਜੀਠੀਆ ਨੂੰ ਵੀ 33% ਤੋਂ ਜ਼ਿਆਦਾ ਲੋਕ ਚਾਹੁੰਦੇ ਨੇ, ਲੇਕਿਨ ਹਾਲੇ ਤੱਕ ਉਹਨਾਂ ਦੀ ਜਿਹੜੀ ਆ ਖੁੱਲ੍ਹ ਕੇ ਉਹਨਾਂ ਨੇ ਗੱਲ ਨਹੀਂ ਕੀਤੀ, ਕਿਉਂਕਿ ਅੰਮ੍ਰਿਤਸਰ ਤੋਂ ਪਹਿਲਾਂ ਹੀ ਪਾਰਟੀ ਨੇ ਡਿਸਾਈਡ ਕਰਕੇ ਰੱਖਿਆ ਕਿ ਅਨਿਲ ਜੋਸ਼ੀ ਹੀ ਉਮੀਦਵਾਰ ਹੋ ਸਕਦੇ, ਜਿਸ ਕਰਕੇ 58% ਲੋਕਾਂ ਨੇ ਅਨਿਲ ਜੋਸ਼ੀ ਦੇ ਨਾਮ 'ਤੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜਿਹੜੇ ਵਰਕਰ ਹੋਣਗੇ ਜਾਂ ਜਿਹੜੇ ਹੋਰ ਸ਼ਹਿਰ ਦੇ ਲੋਕ ਨੇ ਜਾਂ ਪਿੰਡਾਂ ਵਿੱਚ ਵਸਦੇ ਲੋਕ ਨੇ, ਅਨਿਲ ਜੋਸ਼ੀ ਦੇ ਹਾਮੀ ਭਰੀ ਆ। ਗੱਲ ਕਰਦੇ ਭਾਰਤੀ ਜਨਤਾ ਪਾਰਟੀ, ਕਿਉਂਕਿ ਭਾਰਤੀ ਜਨਤਾ ਪਾਰਟੀ ਸੈਂਟਰ ਦੇ ਵਿੱਚ ਆ, ਹਾਲਾਂਕਿ ਬੀਜੇਪੀ ਨੂੰ ਅੰਮ੍ਰਿਤਸਰ ਤੋਂ ਨਵਜੋਤ ਸਿੰਘ ਸਿੱਧੂ ਤੋਂ ਬਾਅਦ ਜਿੱਤ ਨਸੀਬ ਨਹੀਂ ਹੋਈ, ਕਿਉਂਕਿ ਬੀਜੇਪੀ ਨੇ ਜਦੋਂ ਜਦੋਂ ਉੱਥੋਂ ਸਿੱਖ ਚਿਹਰਾ ਉਤਾਰਿਆ ਉਹਨੂੰ ਜਿੱਤ ਨਸੀਬ ਹੋਈ, ਲੇਕਿਨ ਜਦੋਂ ਜਦੋਂ ਉਹਨਾਂ ਨੇ ਗੈਰ ਸਿੱਖ ਨੂੰ ਦਿੱਤੀ ਆ ਟਿਕਟ ਤਾਂ ਹਾਰ ਹੀ ਨਸੀਬ ਹੋਈ ਆ। ਪਰ ਹਾਲਾਂਕਿ ਵੱਡੇ ਚਿਹਰੇ ਵੀ ਉਤਾਰੇ ਸੀ ਹਰਦੀਪ ਸਿੰਘ ਪੁਰੀ ਵਰਗੇ, ਲੇਕਿਨ ਉਹਨਾਂ ਨੂੰ ਵੀ ਹਾਰ ਦਾ ਮੂੰਹ ਦੇਖਣਾ ਪਿਆ ਸੀ। ਇਸ ਵਾਰ ਜਿਹੜਾ ਨਾਮ ਸਾਹਮਣੇ ਆਇਆ ਬੀਜੇਪੀ ਵੱਲੋਂ, ਜਿਹੜਾ ਸਰਵੇਖਣ ਜਿਹੜਾ ਪਾਰਟੀ ਦੇ ਵਰਕਰਾਂ ਵੱਲੋਂ ਜਾਂ ਅੰਮ੍ਰਿਤਸਰ ਦੇ ਲੋਕਾਂ ਨੇ ਗੱਲ ਕੀਤੀ ਆ ਕਿ ਜਿਹੜੇ ਸ਼ਵੇਤ ਮਲਿਕ ਨੇ ਜਿਹੜੇ ਰਾਜ ਸਭਾ ਮੈਂਬਰ ਰਹਿ ਚੁੱਕੇ ਨੇ, 29% ਚਾਹੁੰਦੇ ਨੇ ਕਿ ਸ਼ਵੇਤ ਮਲਿਕ ਨੂੰ ਜਿਹੜੀ ਆ ਟਿਕਟ ਦੇਣੀ ਚਾਹੀਦੀ ਆ ਭਾਰਤੀ ਜਨਤਾ ਪਾਰਟੀ ਨੂੰ। ਇਸੇ ਤਰ੍ਹਾਂ 26% ਲੋਕ ਕਹਿ ਰਹੇ ਨੇ ਕਿ ਡਾਕਟਰ ਜਗਮੋਹਨ ਸਿੰਘ ਰਾਜੂ ਨੂੰ ਟਿਕਟ ਦੇਣੀ ਚਾਹੀਦੀ ਨੇ, ਜਿਨ੍ਹਾਂ ਨੇ ਇੱਕ ਰਿਟਾਇਰਡ IAS ਨੇ ਤਾਮਿਲਨਾਡੂ 'ਚੋਂ ਰਿਟਾਇਰ ਹੋਏ ਨੇ, 2022 ਦੇ ਵਿੱਚ ਉਹਨਾਂ ਨੇ ਅੰਮ੍ਰਿਤਸਰ ਈਸਟ ਤੋਂ ਚੋਣ ਲੜੀ ਸੀ ਲੇਕਿਨ ਹਾਰ ਗਏ ਸੀ। ਇਸ ਵਾਰ 26% ਲੋਕ ਚਾਹੁੰਦੇ ਨੇ ਕਿ ਬੀਜੇਪੀ ਨੂੰ ਡਾਕਟਰ ਜਗਮੋਹਨ ਸਿੰਘ ਰਾਜੂ ਨੂੰ ਟਿਕਟ ਦੇਣੀ ਚਾਹੀਦੀ ਹੈ। ਇਸੇ ਤਰ੍ਹਾਂ ਭਾਰਤੀ ਜਨਤਾ ਪਾਰਟੀ ਦੇ ਅੰਮ੍ਰਿਤਸਰ ਤੋਂ ਸਿੱਖ ਚਿਹਰੇ ਰਜਿੰਦਰ ਮੋਹਨ ਸਿੰਘ ਸ਼ੀਨਾ, ਉਹਨੂੰ ਵੀ 15% ਚਾਹੁੰਦੇ ਨੇ ਕਿ ਭਾਰਤੀ ਜਨਤਾ ਪਾਰਟੀ ਨੂੰ ਟਿਕਟ ਦੇਣੀ ਚਾਹੀਦੀ। ਹਾਲਾਂਕਿ ਬੀਜੇਪੀ ਦੇ ਅੰਮ੍ਰਿਤਸਰ ਤੋਂ ਹੋਰ ਵੀ ਵੱਡੇ ਚਿਹਰੇ ਨੇ, ਤਰਨ ਚੁੱਗੀ ਸ਼ਾਇਦ ਇਲੈਕਸ਼ਨ ਨਾਲ ਲੜੇ, ਲੇਕਿਨ ਇੱਕ ਹੋਰ ਇਹਨਾਂ ਦਿਨਾਂ ਦੇ ਵਿੱਚ ਵੱਡਾ ਨਾਮ ਆਇਆ, ਉਹ ਆਇਆ ਤਰਨਜੀਤ ਸਿੰਘ ਸੰਧੂ, ਜਿਹੜੇ ਅਮੈਰੀਕਾ ਤੋਂ ਭਾਰਤੀ ਰਾਜਦੂਤ ਅਹੁਦੇ ਤੋਂ ਰਿਟਾਇਰ ਹੋਏ ਨੇ, ਇੰਡੀਅਨ ਫੋਰਨ ਸਰਵਿਸ ਦੇ ਵੱਡੇ ਅਧਿਕਾਰੀ ਨੇ, ਵੱਖ ਵੱਖ ਮੁਲਕਾਂ ਤੋਂ ਬਾਅਦ ਆਖਰੀ ਉਹਨਾਂ ਜਿਹੜੀ ਪੋਸਟਿੰਗ ਸੀ ਰਿਟਾਇਰਮੈਂਟ ਵੇਲੇ ਉਹ ਸੀ ਅਮੈਰੀਕਾ, ਅਤੇ ਇੱਕ ਚੰਗੇ ਪਰਿਵਾਰ ਦੇ ਨਾਲ, ਸਿੱਖ ਪਰਿਵਾਰ ਦੇ ਨਾਲ, ਪੰਥਕ ਪਰਿਵਾਰ ਦੇ ਨਾਲ ਸੰਬੰਧ ਰੱਖਣ ਵਾਲੇ ਤਰਨਜੀਤ ਸਿੰਘ ਸੰਧੂ ਨੂੰ ਵੀ ਭਾਰਤੀ ਜਨਤਾ ਪਾਰਟੀ ਚੋਣ ਮੈਦਾਨ ਵਿੱਚ ਉਤਾਰਨ ਦੀ ਕੋਸ਼ਿਸ਼ ਕਰ ਰਹੀ ਹੈ। ਤਰਨਜੀਤ ਸਿੰਘ ਸੰਧੂ ਸਮੁੰਦਰੀ ਪਰਿਵਾਰ ਦੇ ਨਾਲ ਸੰਬੰਧ ਰੱਖਦੇ ਨੇ, ਤੇਜਾ ਸਿੰਘ ਸਮੁੰਦਰੀ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਫਾਊਂਡਰਾਂ ਵਿੱਚੋਂ ਇੱਕ ਸਨ, ਉਹਨਾਂ ਦੇ ਪੋਤੇ ਨੇ, ਇਸ ਕਰਕੇ ਭਾਰਤੀ ਜਨਤਾ ਪਾਰਟੀ ਇੱਕ ਵੱਡਾ ਚਿਹਰਾ, ਜੱਟ ਸਿੱਖ ਚਿਹਰਾ ਦੇ ਤੌਰ 'ਤੇ ਤਰਨਜੀਤ ਸਿੰਘ ਸੰਧੂ ਨੂੰ ਚੋਣ ਮੈਦਾਨ ਵਿੱਚ ਦੇਖ ਰਹੀ ਹੈ। ਹਾਲਾਂਕਿ ਫੈਸਲਾ ਭਾਰਤੀ ਜਨਤਾ ਪਾਰਟੀ ਦੇ ਪਾਰਲੀਮੈਂਟ ਬੋਰਡ ਨੇ ਕਰਨਾ, ਉਹਦੇ 'ਚ ਕੀ ਫਿਰ ਸ਼ਵੇਤ ਮਲਿਕ ਜਾਂ ਫਿਰ ਤਰਨਜੀਤ ਸਿੰਘ ਸੰਧੂ ਉਮੀਦਵਾਰ
ਬੀਜੇਪੀ ਵੱਲੋਂ ਹੋ ਸਕਦੇ ਨੇ। ਹੁਣ ਗੱਲ ਕਰਦੇ ਕਾਂਗਰਸ ਦੀ, ਕਾਂਗਰਸ 'ਚ ਇਸ ਟਾਈਮ ਉੱਥੋਂ ਦੇ ਐਮ ਪੀ ਨੇ ਗੁਰਜੀਤ ਸਿੰਘ ਔਜਲਾ। ਗੁਰਜੀਤ ਸਿੰਘ ਔਜਲਾ ਪਹਿਲਾਂ ਜਿਮਨੀ ਚੋਣ ਦੇ ਵਿੱਚ ਇਲੈਕਸ਼ਨ ਜਿੱਤੇ ਨੇ, ਉਸ ਤੋਂ ਬਾਅਦ ਉਹ 2019 ਦੇ ਵਿੱਚ ਉਹ ਦੁਬਾਰਾ ਲੋਕ ਸਭਾ ਚੋਣ ਜਿੱਤ ਜਾਂਦੇ ਨੇ, ਦੋ ਦਫ਼ਾ ਦੇ ਐਮ ਪੀ ਬਣ ਚੁੱਕੇ ਨੇ। ਲੇਕਿਨ ਨਾਲ ਦੇ ਨਾਲ ਉੱਥੇ ਜਿੱਥੇ ਜਿਹੜਾ ਗੁਰਜੀਤ ਸਿੰਘ ਔਜਲਾ ਦਾ ਸਵਾਲ ਆ, ਉਹਨਾਂ ਨੂੰ ਲੋਕਾਂ ਦੀ ਜਿਹੜੀ ਪਸੰਦ ਆ ਉਹ 32% ਜਿਹੜੇ ਕਾਂਗਰਸ ਪਾਰਟੀ ਦੇ ਨਾਲ ਵਰਕਰ ਜੁੜੇ ਨੇ ਉਹ ਚਾਹੁੰਦੇ ਨੇ ਕਿ ਗੁਰਜੀਤ ਸਿੰਘ ਔਜਲਾ ਨੂੰ ਮੁੜ ਤੋਂ ਟਿਕਟ ਦਿੱਤੀ ਜਾਵੇ। ਹਾਲਾਂਕਿ ਜਦੋਂ ਪਿੱਛੇ ਜੇ ਇੱਕ ਮੀਟਿੰਗ ਹੋਈ ਸੀ ਕਾਂਗਰਸ ਪਾਰਟੀ ਦੇ, ਜਿਹਦੇ 'ਚ ਪਾਰਟੀ ਮਾਮਲਿਆਂ ਦੇ ਇੰਚਾਰਜ ਵੀ ਸੀ ਪ੍ਰਤਾਪ ਸਿੰਘ ਬਾਜਵਾ ਵੀ ਸੀ, ਰੌਲਾ ਪੈ ਗਿਆ ਸੀ ਕਿ ਇੱਕ ਪਾਸੇ ਗੁਰਜੀਤ ਸਿੰਘ ਔਜਲਾ ਦੇ ਨਾਮ ਦੇ ਨਾਅਰੇ ਲੱਗੇ, ਦੂਜੇ ਪਾਸੇ ਓਮ ਪ੍ਰਕਾਸ਼ ਸੋਨੀ ਦੇ ਨਾਮ ਦੇ ਨਾਅਰੇ ਲੱਗੇ ਸੀ। ਅਤੇ ਓਮ ਪ੍ਰਕਾਸ਼ ਸੋਨੀ ਜਿਹੜੇ ਸੂਬੇ ਦੇ ਉਪ ਮੁੱਖ ਮੰਤਰੀ ਰਹਿ ਚੁੱਕੇ ਨੇ, ਉਹ ਵੀ 32% ਲੋਕ ਚਾਹੁੰਦੇ ਨੇ, 32% 27% ਦੇ ਕਰੀਬ ਲੋਕ ਚਾਹੁੰਦੇ ਨੇ ਕਿ ਓਮ ਪ੍ਰਕਾਸ਼ ਸੋਨੀ ਨੂੰ, ਜਿਹੜੇ ਕਾਂਗਰਸ ਪਾਰਟੀ ਦੇ ਨਾਲ ਜੁੜੇ ਹੋਏ ਲੋਕ ਹੈ, ਕਿ ਓਮ ਪ੍ਰਕਾਸ਼ ਸੋਨੀ ਨੂੰ ਟਿਕਟ ਦੇਣੀ ਚਾਹੀਦੀ। ਹਾਲਾਂਕਿ ਓਮ ਪ੍ਰਕਾਸ਼ ਸੋਨੀ ਨੇ ਪਹਿਲਾਂ ਵੀ ਲੋਕ ਸਭਾ ਚੋਣ ਜਿਹੜੀ ਲੜੀ ਸੀ, ਲੇਕਿਨ ਉਸ ਸਮੇਂ ਭਾਰਤੀ ਜਨਤਾ ਪਾਰਟੀ ਵੱਲੋਂ ਨਵਜੋਤ ਸਿੰਘ ਸਿੱਧੂ ਐਮ ਪੀ ਚੁਣੇ ਗਏ ਸੀ। ਬੜੇ ਘੱਟ ਫਰਕ ਦੇ ਨਾਲ ਓਮ ਪ੍ਰਕਾਸ਼ ਸੋਨੀ ਨਵਜੋਤ ਸਿੰਘ ਸਿੱਧੂ ਦੇ ਹੱਥੋਂ ਹਾਰ ਗਏ ਸੀ। ਪਰ 32% ਲੋਕ ਚਾਹੁੰਦੇ ਨੇ ਕਿ ਨਵਜੋਤ ਸਿੰਘ ਸਿੱਧੂ ਨੂੰ ਮੁੜ ਤੋਂ ਅੰਮ੍ਰਿਤਸਰ ਤੋਂ ਚੋਣ ਲੜਨੀ ਚਾਹੀਦੀ ਹੈ। ਕਾਂਗਰਸ ਪਾਰਟੀ ਦੇ ਜਿਹੜੇ ਵਰਕਰਾਂ ਨੇ ਆਪਣੀ ਰਾਏ ਦਿੱਤੀ, ਨਵਜੋਤ ਸਿੰਘ ਸਿੱਧੂ ਨੂੰ ਇੱਕ ਨਿਰਪੱਖ, ਨਿਡਰ, ਵਿਵਾਕ, ਇਮਾਨਦਾਰ ਦੇ ਨੇਤਾ ਦੇ ਤੌਰ 'ਤੇ ਲੋਕ ਪਸੰਦ ਕਰਦੇ ਨੇ, ਕਿਉਂਕਿ ਨਵਜੋਤ ਸਿੰਘ ਸਿੱਧੂ ਨੇ ਪੱਲਿਓਂ ਵੀ ਬਹੁਤ ਜ਼ਿਆਦਾ ਲੋਕਾਂ ਦੀ ਮਦਦ ਕੀਤੀ ਆ। ਜਨਾਲਾ ਸੈਕਟਰ ਦੇ ਵਿੱਚ ਜਦੋਂ ਕਿਸੇ ਕਿਸਾਨ ਦੀ ਜ਼ਮੀਨ ਨੂੰ ਅੱਗ ਲੱਗ ਗਈ ਸੀ, ਕਣਕ ਦੇ ਸਮਾਂ ਸੀ, ਅਤੇ ਫਿਰ ਇਹਨਾਂ ਨੇ ਆਪਣੇ ਪੱਲਿਓਂ ਹੀ ਕਾਫੀ ਪੈਸੇ ਦਿੱਤੇ ਹੈਗੇ ਸੀ। ਅਤੇ ਖਾਸ ਕਰਕੇ ਮਾਝੇ ਦੇ ਲੋਕ ਨਵਜੋਤ ਸਿੰਘ ਸਿੱਧੂ ਨੂੰ ਦੇਖਣਾ ਚਾਹੁੰਦੇ। ਪਹਿਲਾਂ ਵੀ ਉਹ 3 ਵਾਰਾਂ ਅੰਮ੍ਰਿਤਸਰ ਤੋਂ ਲੋਕ ਸਭਾ ਮੈਂਬਰ ਰਹਿ ਚੁੱਕੇ ਨੇ। ਉਹਨਾਂ ਦੀ ਪਤਨੀ ਡਾਕਟਰ ਨਵਜੋਤ ਕੌਰ ਸਿੱਧੂ ਵੀ 2000 ਜਿਹੜੇ ਨੇ 12 ਦੇ ਵਿੱਚ ਅੰਮ੍ਰਿਤਸਰ ਈਸਟ ਤੋਂ MLA ਰਹਿ ਚੁੱਕੇ ਨੇ। ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਦੀ ਸਾਂਝੀ ਸਰਕਾਰ ਵੱਲੋਂ ਮੁੱਖ ਸੰਸਦੀ ਸਕੱਤਰ ਸਨ। 2017 ਦੇ ਵਿੱਚ ਫਿਰ ਨਵਜੋਤ ਸਿੰਘ ਸਿੱਧੂ ਉੱਥੋਂ MLA ਬਣ ਜਾਂਦੇ ਨੇ ਅਤੇ ਪੰਜਾਬ 'ਚ ਮੰਤਰੀ ਬਣਦੇ ਨੇ, ਫਿਰ ਕੈਪਟਨ ਅਮਰਿੰਦਰ ਸਿੰਘ ਨਾਲ ਵਿਗੜ ਜਾਂਦੀ ਹੈ। 22 ਦੇ ਵਿੱਚ ਨਵਜੋਤ ਸਿੰਘ ਸਿੱਧੂ ਅੰਮ੍ਰਿਤਸਰ ਈਸਟ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਜੀਵਨਜੋਤ ਕੌਰ ਕੋਲੋਂ ਹਾਰ ਜਾਂਦੇ, ਕਿਉਂਕਿ ਹਵਾ ਹੀ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਸੀ, ਪੱਖ ਦੇ ਵਿੱਚ ਸੀ। ਲੇਕਿਨ 32% ਲੋਕ ਚਾਹੁੰਦੇ ਨੇ ਕਿ ਨਵਜੋਤ ਸਿੰਘ ਸਿੱਧੂ ਨੂੰ ਵੀ ਟਿਕਟ ਦੇਣੀ ਚਾਹੀਦੀ ਆ। ਹੁਣ ਸਵਾਲ ਹੈ ਕਿ ਕਾਂਗਰਸ ਪਾਰਟੀ ਨੇ ਡਿਸਾਈਡ ਕਰਨਾ ਕਿ ਆਖਿਰ ਜਿਹੜੇ ਕਾਂਗਰਸ ਪਾਰਟੀ ਦੇ ਸਕਰੀਨਿੰਗ ਕਮੇਟੀ ਹੋਏਗੀ ਕਿ ਉਹ ਓਮ ਪ੍ਰਕਾਸ਼ ਸੋਨੀ ਨੂੰ ਜਾਂ ਗੁਰਜੀਤ ਸਿੰਘ ਔਜਲਾ ਨੂੰ ਜਾਂ ਨਵਜੋਤ ਸਿੰਘ ਸਿੱਧੂ ਨੂੰ ਟਿਕਟ ਦੇਣਗੇ। ਲੇਕਿਨ ਨਵਜੋਤ ਸਿੰਘ ਸਿੱਧੂ ਦਾ ਕੱਦ ਵੀ ਕਾਫੀ ਵੱਡਾ। ਦੂਜਾ ਸਵਾਲ ਹੈ ਕਿ ਉਹ ਪਹਿਲਾਂ ਕਹਿ ਚੁੱਕੇ ਉਹ ਇਲੈਕਸ਼ਨ ਨਹੀਂ ਲੜਨਾ ਚਾਹੁੰਦੇ। ਗੁਰਜੀਤ ਸਿੰਘ ਔਜਲਾ ਦੂਜੀ ਵਾਰ ਐਮ ਪੀ ਹੈ, ਕੀ ਉਹਦੀ ਟਿਕਟ ਕੱਟੀ ਜਾ ਸਕਦੀ ਹੈ? ਅਤੇ ਕਾਂਗਰਸ ਦਾ ਇੱਕ ਧੜਾ ਚਾਹੁੰਦਾ ਓਮ ਪ੍ਰਕਾਸ਼ ਸੋਨੀ ਨੂੰ ਟਿਕਟ ਦਿੱਤੀ ਜਾਵੇ, ਲੇਕਿਨ ਫੈਸਲਾ ਕਾਂਗਰਸ ਪਾਰਟੀ ਨੇ ਡਿਸਾਈਡ ਕਰਨਾ। ਲੇਕਿਨ ਸਭ ਤੋਂ ਵੱਡੀ ਗੱਲ ਹੈ ਕਿ ਅੰਮ੍ਰਿਤਸਰ ਦੀ ਜਿਹੜੀ ਗੁਰੂ ਨਗਰੀ ਸੀਟ ਦੇ ਤੌਰ 'ਤੇ ਜਾਣੀ ਜਾਂਦੀ ਹੈ, ਮਹੱਤਵਪੂਰਨ ਸੀਟ ਆ, ਉੱਥੇ ਹੁਣ ਇਹ ਹੈ ਕਿ ਆਖਿਰ ਕਿਹੜੀ ਪਾਰਟੀ ਦਾ ਉਮੀਦਵਾਰ ਆਪਣੇ ਆਪਣੇ ਵਰਕਰਾਂ ਵਿੱਚ ਜ਼ਿਆਦਾ ਪਸੰਦ ਆ। ਲੇਕਿਨ ਇੱਕ ਜ਼ਮਾਨਾ ਸੀ ਜਦੋਂ ਕਾਂਗਰਸ ਪਾਰਟੀ ਦੇ ਵੱਡੇ ਲੀਡਰ ਜਿਹੜੇ ਨੇ ਰਘੂ ਨੰਦਨ ਲਾਲ ਭਾਟੀਆ, ਜਿਹਨੂੰ ਹਰਾਉਣਾ ਬੜਾ ਔਖਾ ਸੀ, ਉਹਨੂੰ ਹਰਾਇਆ ਸੀ ਨਵਜੋਤ ਸਿੰਘ ਸਿੱਧੂ ਹੋਣਾ। ਅਤੇ ਉਸ ਤੋਂ ਬਾਅਦ ਕਾਂਗਰਸ ਪਾਰਟੀ ਦੇ ਹੱਥੋਂ ਇਹ ਸੀਟ ਨਿਕਲ ਗਈ ਸੀ। 3 ਵਾਰ ਨਵਜੋਤ ਸਿੰਘ ਸਿੱਧੂ ਉੱਥੋਂ ਚੋਣ ਜਿੱਤਦੇ ਨੇ। ਫਿਰ ਜਦੋਂ ਕੈਪਟਨ ਅਮਰਿੰਦਰ ਸਿੰਘ ਦਾ ਅਤੇ ਅਰੁਣ ਜੇਤਲੀ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਨੰਬਰ 2 ਜਿਹੜੇ ਨੇ ਨਰਿੰਦਰ ਮੋਦੀ ਤੋਂ ਬਾਅਦ ਉਮੀਦਵਾਰ ਮੰਨੇ ਜਾਂਦੇ, ਉਹ ਕੈਪਟਨ ਅਮਰਿੰਦਰ ਸਿੰਘ ਹੱਥੋਂ ਚੋਣ ਹਾਰ ਜਾਂਦੇ ਨੇ। ਫਿਰ ਜਦੋਂ ਕੈਪਟਨ ਅਮਰਿੰਦਰ ਸਿੰਘ 2017 ਦੇ ਵਿੱਚ
ਸੀਐਮ ਦਾ ਫੇਸ ਬੰਦ ਨੇ, ਸੀਐਮ ਵੀ ਬਣ ਜਾਂਦੇ ਨੇ ਅਤੇ ਉਸ ਤੋਂ ਬਾਅਦ ਉੱਥੇ ਜ਼ਿਮਨੀ ਚੋਣ ਹੁੰਦੀ ਹੈ ਅਤੇ ਫਿਰ ਉਸ ਜ਼ਿਮਨੀ ਚੋਣ ਦੇ ਵਿੱਚ ਗੁਰਜੀਤ ਸਿੰਘ ਔਜਲਾ ਚੋਣ ਜਿੱਤ ਜਾਂਦੇ ਨੇ ਅਤੇ 2019 ਦੇ ਵਿੱਚ ਗੁਰਜੀਤ ਸਿੰਘ ਔਜਲਾ ਫਿਰ ਉਮੀਦਵਾਰ ਬਣਦੇ ਨੇ ਅਤੇ ਭਾਰਤੀ ਜਨਤਾ ਪਾਰਟੀ ਨੇ ਅਰੁਣ ਜੇਤਲੀ ਤੋਂ ਬਾਅਦ ਇੱਕ ਹੋਰ ਵੱਡਾ ਚਿਹਰਾ ਲਿਆਂਦਾ ਸੀ, ਸਿੱਖ ਚਿਹਰਾ ਹਰਦੀਪ ਸਿੰਘ ਪੁਰੀ, ਇੰਡੀਅਨ ਫੋਰਨ ਸਰਵਿਸ ਦੇ ਕਾਡਰ ਦੇ ਅਧਿਕਾਰੀ ਸੀ, ਰਾਜਦੂਤ ਦੇ ਅਹੁਦੇ ਤੋਂ ਰਿਟਾਇਰ ਹੋਏ ਸੀ ਲੇਕਿਨ ਅੰਮ੍ਰਿਤਸਰ ਆ ਕੇ ਉਹ ਹਾਰ ਗਏ, ਉਹ ਵੱਖਰੀ ਗੱਲ ਕਿ ਬਾਅਦ 'ਚ ਉਹਨਾਂ ਨੂੰ ਰਾਜ ਸਭਾ ਮੈਂਬਰ ਨਾਮਜ਼ਦ ਕਰਕੇ ਸੈਂਟਰ ਦੇ ਵਿੱਚ ਵਜ਼ੀਰ ਬਣਾਇਆ ਗਿਆ। ਲੇਕਿਨ ਇਹ ਅੰਮ੍ਰਿਤਸਰ ਦੇ ਵਿੱਚ ਕਿਹੜੀ ਪਾਰਟੀ ਦੇ ਉਮੀਦਵਾਰ ਕਿਹੜੇ ਕਿਹੜੇ ਹੋ ਸਕਦੇ ਨੇ, ਇੱਕ ਸਰਵੇਖਣ ਹਿੰਦੀ ਅਖਬਾਰ ਵੱਲੋਂ ਕੀਤਾ ਗਿਆ ਜਿਹੜਾ ਅਸੀਂ ਤੁਹਾਨੂੰ ਦੱਸਿਆ ਗਾ। ਬੀਤੇ ਦਿਨ ਜਿਹੜਾ ਅਸੀਂ ਜ਼ਿਕਰ ਕੀਤਾ ਸੀ ਗੁਰਦਾਸਪੁਰ ਸੀਟ ਦਾ, ਅੱਜ ਅਸੀਂ ਕੀਤਾ ਅੰਮ੍ਰਿਤਸਰ ਸੀਟ ਦਾ ਅਤੇ ਪਲਕੇ ਕਰਾਂਗੇ ਅਸੀਂ ਕਿਸੇ ਹੋਰ ਸੀਟ ਦਾ, ਉਸ ਵਾਸਤੇ ਤੁਹਾਨੂੰ ਇੰਤਜ਼ਾਰ ਕਰਨਾ ਪਏਗਾ, ਪਰ ਦੇਖਦੇ ਰਹੋ ABC ਪੰਜਾਬ। ਧੰਨਵਾਦ।